ਅਸੀਂ ਸਾਰੇ ਅਲੱਗ ਅਲੱਗ ਪਾਰਟੀਆਂ ਬਣਾ ਕੇ ਅਤੇ ਪ੍ਰੇਮ ਨਗਰ ਬੁੜਾਂ ਵਾਲੇ ਦੀ ਘੇਰਾਬੰਦੀ ਕੀਤੀ ਹੋਈ ਆ। ਬਾਹਰੋਂ ਆਉਣ ਵਾਲੇ ਮੋਟਰਸਾਈਕਲ ਸ਼ੱਕੀ ਬੰਦੇ ਜਿਹੜੇ ਉਹਨਾਂ ਨੂੰ ਰੋਕ ਕੇ ਅਸੀਂ ਚੈੱਕ ਕਰ ਰਹੇ ਹਾਂ। ਕੁਝ ਜਿਨ੍ਹਾਂ ਦੇ ਸਾਨੂੰ ਕੁਝ ਸ਼ੱਕੀ ਬੰਦੇ ਨੇ ਡਰੱਗ ਦੇ ਵਿੱਚ ਜਿਨ੍ਹਾਂ ਦੇ ਸ਼ਮੂਲੀਅਤ ਪਹਿਲਾਂ ਸੀ, ਉਹਨਾਂ ਨੂੰ ਵੀ ਅਸੀਂ ਬਰੀਕੀ ਨਾਲ ਦੇਖ ਰਹੇ ਹਾਂ। ਨਹੀਂ, ਸਾਡਾ ਇਸ ਏਰੀਏ 'ਚ ਪਹਿਲਾਂ ਵੀ ਕੀਤੀਆਂ ਕਾਫੀ ਰੇਡ, ਅਤੇ ਹੁਣ ਪਰਸੋਂ ਕੱਲ੍ਹ ਗਾਂਧੀ ਕੈਂਪ ਸੀ, ਉਹ ਤੋਂ ਪਹਿਲਾਂ ਮਾਨ ਨਗਰ ਅਤੇ ਮੁਰਗੀ ਮੱਲਾ, ਜਿੱਥੇ ਕਿ ਸਾਡੇ ਜ਼ਿਆਦਾ ਡਰੱਗ ਅਫੈਕਟਡ ਏਰੀਏ ਰਹੇ ਆ, ਉਹਨੂੰ ਕੰਟੀਨਿਊ ਅਸੀਂ ਡੇ ਟੂ ਡੇ ਕਰ ਰਹੇ ਹਾਂ। ਬਟਾਲਾ ਪੁਲਿਸ ਵੱਲੋਂ ਨਸ਼ੇ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਭਾਰੀ ਪੁਲਿਸ ਫੋਰਸ ਵੱਲੋਂ ਉਹਨਾਂ ਇਲਾਕਿਆਂ ਦਾ ਦੌਰਾ ਕਰਕੇ ਚੈਕਿੰਗ ਕੀਤੀ ਗਈ ਜਿਨ੍ਹਾਂ ਵਿੱਚ ਨਸ਼ੇ ਦੇ ਕਾਰੋਬਾਰ ਕਰਨ ਦੀ ਆਸ਼ੰਕਾ ਜਤਾਈ ਜਾਂਦੀ ਹੈ। ਜਾਣਕਾਰੀ ਅਨੁਸਾਰ ਪੁਲਿਸ ਵੱਲੋਂ ਘਰਾਂ ਦੀ ਵੀ ਤਲਾਸ਼ੀ ਲਈ ਗਈ ਪਰ ਪੁਲਿਸ ਦੇ ਹੱਥ ਕੁਝ ਵੀ ਨਹੀਂ ਲੱਗਾ। ਉਧਰ ਇਸ ਮੌਕੇ ਪੁਲਿਸ ਨੇ ਦੱਸਿਆ ਕਿ ਉਹਨਾਂ ਵੱਲੋਂ ਇਹ ਰੂਟੀਨ ਚੈਕਿੰਗ ਕੀਤੀ ਗਈ ਹੈ ਅਤੇ ਉਹ ਹਰ ਰੋਜ਼ ਕਿਸੇ ਇੱਕ ਇਲਾਕੇ ਨੂੰ ਚੈੱਕ ਕਰਦੇ ਹਨ ਅਤੇ ਇਸ ਚੈਕਿੰਗ ਵਿੱਚ ਜੋ ਵੀ ਪਾਇਆ ਗਿਆ ਉਸ ਉੱਤੇ ਉਹਨਾਂ ਵੱਲੋਂ ਤੁਰੰਤ ਕਾਰਵਾਈ ਕੀਤੀ ਜਾਂਦੀ ਹੈ। ਉਹਦਾ ਨਾ ਉਹ ਪਾਈ ਦੂਸਰੇ 'ਤੇ ਵਾਹਨ 'ਤੇ ਨੰਬਰ ਲੈ ਗਏ ਨਾ, ਪਾਓ ਵਾਹਨ 'ਤੇ ਹੈਗਾ ਨਾ, ਪਾਓ ਚੈੱਕ ਕਰੋ ਵੀ ਇਹ ਇਹਦਾ ਹੀ ਹੈ ਮੋਟਰਸਾਈਕਲ ਲੱਖ ਗੱਡੀ ਹੈ ਸਾਡੇ ਨਾ ਉੱਚ ਅਫਸਰਾਂ ਸੀਨੀਅਰ ਅਫਸਰ ਦੀਆਂ ਡਾਇਰੈਕਸ਼ਨ ਮੁਤਾਬਕ ਅਸੀਂ ਡੇਲੀ ਕੰਟੀਨਿਊਸਲੀ ਕੋਈ ਇਲਾਕਾ ਚੁਣਦੇ ਹਾਂ ਜਿੱਥੇ ਕਿ ਸਾਨੂੰ ਡਰੱਗ ਸੰਬੰਧੀ ਕੋਈ ਸ਼ਿਕਾਇਤਾਂ ਨੇ, ਅਤੇ ਕਾਫੀ ਦਿਨਾਂ ਤੋਂ ਪਹਿਲਾਂ ਤੋਂ ਹੀ ਲਗਾਤਾਰ ਪ੍ਰੈਕਟਿਸ ਚੱਲਦੀ ਆ। ਅੱਜ ਅਸੀਂ ਪ੍ਰੇਮ ਨਗਰ ਬੁੜਾਂ ਵਾਲਾ ਸਿਲੈਕਟ ਕੀਤਾ ਸੀ ਏਰੀਆ, ਇਹਦੇ ਵਿੱਚ ਥਾਣਾ ਸਿਵਲ ਲਾਈਨ ਦੀ ਸਾਰੀ ਫੋਰਸ, ਚੌਂਕੀ ਇੰਚਾਰਜ ਸਿੰਬਲ ਅਰਬਨ ਸਟੇਟ ਅਤੇ ਸਾਡੀਆਂ ਰੈਪਿਡ ਰੂਰਲ ਅਤੇ PCR ਟੋਟਲ ਵਹੀਕਲ ਨਾਲ ਲੇਡੀ ਫੋਰਸ ਅਤੇ ਹੋਰ ਵੀ ਅਸੀਂ ਸਾਰੇ ਅਲੱਗ ਅਲੱਗ ਪਾਰਟੀਆਂ ਬਣਾ ਕੇ ਅਤੇ ਪ੍ਰੇਮ ਨਗਰ ਬੁੜਾਂ ਵਾਲੇ ਦੀ ਘੇਰਾਬੰਦੀ ਕੀਤੀ ਹੋਈ ਆ। ਬਾਹਰੋਂ ਆਉਣ ਵਾਲੇ ਮੋਟਰਸਾਈਕਲ ਸ਼ੱਕੀ ਬੰਦੇ ਜਿਹੜੇ ਉਹਨਾਂ ਨੂੰ ਰੋਕ ਕੇ ਅਸੀਂ ਚੈੱਕ ਕਰ ਰਹੇ ਹਾਂ। ਕੁਝ ਜਿਨ੍ਹਾਂ ਦੇ ਸਾਨੂੰ ਕੁਝ ਸ਼ੱਕੀ ਬੰਦੇ ਨੇ ਡਰੱਗ ਦੇ ਵਿੱਚ ਜਿਨ੍ਹਾਂ ਦੇ ਸ਼ਮੂਲੀਅਤ ਪਹਿਲਾਂ ਸੀ, ਉਹਨਾਂ ਨੂੰ ਵੀ ਅਸੀਂ ਬਰੀਕੀ ਨਾਲ ਦੇਖ ਰਹੇ ਹਾਂ। ਸਰਚ ਚੱਲ ਰਹੀ ਆ, ਸਰਚ ਅਭਿਆਨ ਹੈ, ਸਾਡੀਆਂ ਅਲੱਗ ਅਲੱਗ ਟੀਮਾਂ ਜਿਹੜੀਆਂ ਉਹ ਗਲੀਆਂ ਵਿੱਚ, ਘਰਾਂ 'ਚ ਅਤੇ ਨਜ਼ਦੀਕ ਜਿਹੜੀਆਂ ਪਲੋਟ ਨੇ ਉੱਥੇ ਸਰਚ ਕਰ ਰਹੀਆਂ ਜੀ। ਸਰ ਕੁਛ ਹਜੇ ਤੱਕ ਮਿਲਿਆ ਕੁਛ? ਨਹੀਂ, ਹਜੇ ਨਹੀਂ, ਹਲੇ ਕੰਟੀਨਿਊ ਚੱਲ ਰਹੀ ਆ ਜੀ ਸਾਡੀ ਪ੍ਰੈਕਟਿਸ ਚੱਲ ਰਹੀ ਆ ਹਲੇ ਲਗਾਤਾਰ, ਅਤੇ ਰਿਕਵਰੀ ਹੋਏਗੀ ਮਸਟ, ਆਸਾ ਜ਼ਰੂਰ ਰਿਕਵਰੀ। ਪਹਿਲੀ ਰੇਡ ਆ ਜੀ? ਨਹੀਂ, ਸਾਡਾ ਇਸ ਏਰੀਏ 'ਚ ਪਹਿਲਾਂ ਵੀ ਕੀਤੀਆਂ ਕਾਫੀ ਰੇਡ, ਅਤੇ ਹੁਣ ਪਰਸੋਂ ਕੱਲ੍ਹ ਗਾਂਧੀ ਕੈਂਪ ਸੀ, ਉਹ ਤੋਂ ਪਹਿਲਾਂ ਮਾਨ ਨਗਰ
ਅਤੇ ਮੁਰਗੀ ਮੱਲਾ ਜਿੱਥੇ ਕਿ ਸਾਡੇ ਜ਼ਿਆਦਾ ਡਰੱਗ ਅਫੈਕਟਡ ਏਰੀਏ ਰਹੇ ਆ ਉਹਨੂੰ ਕੰਟੀਨਿਊਸ ਅਸੀਂ ਡੇ ਟੂ ਡੇ ਕਰ ਰਹੇ ਹਾਂ। ਜਿੰਨੇ ਦਿਨ ਤੋਂ ਰੇਡ ਕਰਦੇ ਪਏ ਕੁਝ ਮਿਲਿਆ ਵੀ ਹੈ? ਹਾਂਜੀ ਹਾਂਜੀ ਬਿਲਕੁਲ, ਅਸੀਂ ਆ ਮਾਨਨਗਰ ਕੀਤਾ ਸੀ, ਉੱਥੋਂ ਵੀ ਸਾਨੂੰ ਡਰੱਗ ਹੈਰੋਇਨ ਮਿਲੀ ਸੀ, ਬਰਾਮਦਗੀ ਹੋਈ 5 ਗ੍ਰਾਮ ਹੈਰੋਇਨ ਸਾਨੂੰ ਗਾਂਧੀ ਕੈਂਪ 'ਚ ਉਹਦੇ ਰੇਡ ਦੌਰਾਨ ਅਤੇ ਸਰਚ ਦੌਰਾਨ ਰਿਕਵਰ ਹੋਈ ਹੈ ਜੀ। ਥੈਂਕ ਯੂ। ਗੁਰਦਾਸਪੁਰ ਤੋਂ ਜਸਵਿੰਦਰ ਬੇਦੀ ਦੀ ਰਿਪੋਰਟ। ਪੰਡਿਤ ਕਾਸ਼ੀਰਾਮ ਜੀ, ਹਰ ਸਮੱਸਿਆ ਦਾ ਸਮਾਧਾਨ ਘਰ ਬੈਠੇ ਕਰਵਾਓ। ਮਨਚਾਇਆ ਕੰਮ, ਕਾਰੋਬਾਰ ਵਿੱਚ ਰੁਕਾਵਟ, ਵਸ਼ੀਕਰਨ ਕਰਵਾਉਣਾ ਜਾਂ ਤੁੜਵਾਉਣਾ, ਲਵ ਮੈਰਿਜ ਕੀਤਾ ਕਰਵਾਇਆ, ਸੰਤਾਨਹੀਨਤਾ, ਸੱਸ ਨੂੰ ਅਤੇ ਪਤੀ ਪਤਨੀ 'ਚ ਅਨਬਨ, ਗੁਪਤ ਰੋਗ, ਕੋਰਟ ਕੇਸ, ਤਲਾਕ ਕਰਵਾਉਣਾ ਜਾਂ ਨਾ ਕਰਵਾਉਣਾ, ਖੋ ਚੁੱਕਾ ਪਿਆਰ, ਪਿਆਰ ਵਿੱਚ ਧੋਖਾ, ਗੁਪਤ ਰੋਗ ਤੋਂ ਪਰੇਸ਼ਾਨ, ਸੌਤਨ ਜਾਂ ਦੁਸ਼ਮਣ ਤੋਂ ਛੁਟਕਾਰਾ, ਹਰ ਸਮੱਸਿਆ ਦਾ ਘਰ ਬੈਠੇ ਸਮਾਧਾਨ ਕਰਵਾਓ। ਪੰਡਿਤ ਕਾਸ਼ੀਰਾਮ ਜੀ, ਅੱਜ ਹੀ ਫੋਨ ਕਰੋ